ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਪੰਜਾਬ ਵੈਦਰ TV ਵਿੱਚ ਤੇ ਲੈ ਕੇ ਹਾਜ਼ਰ ਹੋਏ ਜੀ ਅੱਜ ਵਲੇ ਦੀ ਵੱਡੀ ਖਬਰ ਪੰਜਾਬ 'ਚ ਇੱਥੇ ਸੰਸਕਾਰ ਕਰਕੇ ਆ ਰਹੇ ਪਰਿਵਾਰ ਦੇ ਨਾਲ ਵਾਪਰਿਆ ਪਾਣਾ ਹੋਈਆਂ ਮੌਤਾਂ ਛਾਇਆ ਸੂਗ ਤਾਂ ਦੋਸਤੋ ਤੁਸੀਂ ਵੀਡੀਓ ਨੂੰ ਪੂਰੀ ਅੰਤ ਤੱਕ ਦੇਖ ਲਿਓ ਤਾਂ ਜੋ ਤੁਹਾਨੂੰ ਇਸ ਵੱਡੀ ਘਟਨਾ ਦੀ ਜਾਣਕਾਰੀ ਮਿਲ ਸਕੇ ਤੇ ਨਾਲ ਹੀ ਵੀਡੀਓ ਨੂੰ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹਾਂਜੀ ਆਏ ਦਿਨ ਹੀ ਪੰਜਾਬ 'ਚ ਕੋਈ ਨਾ ਕੋਈ ਵੱਡਾ ਸੜਕੀ ਹਾਦਸਾ ਵਾਪਰ ਜਾਂਦਾ ਹੈ ਜਿਸ ਦੇ ਨਾਲ ਲੋਕਾਂ ਵਿੱਚ ਜਿਹੜਾ ਕਿ ਸੋਗ ਦੀ ਲਹਿਰ ਫੈਲ ਜਾਂਦੀ ਹੈ ਤੇ ਪੰਜਾਬ ਵਿੱਚ ਇੱਕ ਹਵੈਰ ਵੱਡੀ ਦੁਰਘਟਨਾ ਸਾਹਮਣੇ ਆਈ ਹੈ ਤੇ ਹਰ ਇੱਕ ਇਨਸਾਨ ਨੂੰ ਇਸ ਗੱਲ ਤੇ ਧਿਆਨ ਦੇਣ ਦੀ ਜ਼ਰੂਰਤ ਹੈ ਜੋ ਵਾਹਨ ਚਲਾ ਰਿਹਾ ਹੋਵੇ ਪੰਜਾਬ ਵਿੱਚ ਇੱਥੇ ਸੰਸਕਾਰ ਕਰਕੇ ਵਾਪਸ ਆਰੇ ਪਰਿਵਾਰ ਦੇ ਨਾਲ ਇੱਕ ਵੱਡਾ ਭਿਆਨਕ ਹਾਦਸਾ ਵਾਪਰ ਗਿਆ ਜ ਜਿਹਦੇ ਨਾਲ ਮੌਤਾਂ ਹੋ ਗਈਆਂ ਹਨ ਤੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ ਪ੍ਰਾਪਤ ਹੋਈ ਜਾਣਕਾਰੀ ਦੇ ਅਨੁਸਾਰ ਇਹ ਹਾਦਸਾ ਬਰਨਾਲਾ ਤੋਂ ਬਠਿੰਡਾ ਮੁੱਖ ਮਾਰਗ ਤੇ ਤਪਾ ਮੰਡੀ ਓਵਰ ਬ੍ਰਿਜ ਤੇ ਵਾਪਰਿਆ ਹੈ ਜਦੋਂ ਇੱਕ ਪਰਿਵਾਰ ਆਪਣੀ ਕਾਰ ਵਿੱਚ ਸਵਾਰ ਹੋ ਕੇ ਅੰਤਿਮ ਸੰਸਕਾਰ ਤੋਂ ਵਾਪਸ ਆ ਰਿਹਾ ᱛਾ ਗੱਡੀ ਚਾਲਕ ਜੱਗੀ ਸਿੰਘ ਨੂੰ ਨੀਂਦ ਦਾ ਝਟਕਾ ਲੱਗਣ ਕਾਰਨ ਗੱਡੀ ਮੁੱਖ ਮਾਰਗ ਤੋਂ ਓਵਰ ਬ੍ਰਿਜ ਤੇ ਚੜਨ ਦੇ ਸਾਰ ਹੀ ਡਿਵਾਈਡਰ ਦੇ ਨਾਲ ਟਕਰਾ ਗਈ ਤੇ ਇਸ ਸਮੇਂ ਇਹ ਗੱਡੀ ਕਮਕੇ ਬਰਨਾਲਾ ਸਾਈਡ ਵੱਲ ਹੋ ਗਈ ਅਤੇ ਗੱਡੀ ਦੀ ਰਫਤਾਰ ਤੇਜ਼ ਹੋਣ ਕਾਰਨ ਇਹ ਭਿਆਨਕ ਹਾਦਸਾ ਵਾਪਰ ਗਿਆ ਤੇ ਗੱਡੀ ਵਿੱਚ ਸਵਾਰ ਸਿੰਧੋ ਘੋੜਾ ਪਤਨੀ ਵੀਰਾ ਸਿੰਘ ਵਾਸੀ ਝੋੜਾ ਮਲੋਠ ਆਪਣੇ ਭਰਾ ਦੇ ਅੰਤਿਮ ਸੰਸਕਾਰ ਤੋਂ ਬਾਅਦ ਆਪਣੇ ਪਰਿਵਾਰ ਸਮੇਤ ਆ ਰਹੀ ਸੀ ਤਾਂ ਗੱਡੀ ਵਿੱਚ ਇਸ ਤੋਂ ਇਲਾਵਾ ਉਹਦਾ ਪਤੀ ਵੀਰਾ ਸਿੰਘ ਅਜਵਾਈ ਜੱਗੀ ਦੋ ਭੈਣਾਂ ਮਨਜੀਤ ਕੌਰ ਤੇ ਸੀਮਾ ਰਾਣੀ ਭੈਣ ਲੱਖੀ ਕੌਰ ਅਤੇ ਦੋਤਾ ਰਾਹੁਲ ਸਵਾਰ ਸਨ ਤੇ ਇਹ ਹਾਦਸਾ ਇਨਾ ਭਿਆਨਕ ਸੀ ਕਿ ਗੱਡੀ ਵਿੱਚ ਸਵਾਰ ਸਾਰੇ ਲੋਕ ਗੰਭੀਰ ਹੂਬ ਵਿੱਚ ਜ਼ਖਮੀ ਹੋ ਗਏ ਤੇ ਸਭ ਨੂੰ ਗੰਭੀਰ ਹਾਲਤ ਵਿੱਚ ਦੋ ਐਂਬੂਲੈਂਸਾਂ ਦੇ ਰਹੀਂ ਸਿਵਲਸ ਹਸਪਤਾਲ ਤਪਾ ਮੰਡੀ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਜੱਗੀ ਸਿੰਘ ਤੇ ਬੀਰਾ ਸੰਗ ਵੱਲੋਂ ਦਾਮ ਤੋੜ ਦਿੱਤਾ ਗਿਆ ਤੇ ਇਹਨਾਂ ਜਾਖਮਾਂ ਦੀ ਮਦਦ ਸਮਾਜ ਸੇਵੀ ਸੰਸਥਾ ਸਹਾਰਾ ਕਲੱਬ ਵੱਲੋਂ ਕੀਤੀ ਗਈ ਤੇ ਜਿਨ੍ਹਾਂ ਦੀ ਐਂਬੂਲੈਂਸਾਂ ਵਿੱਚ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ ਹਸਪਤਾਲ ਪੰਚਾਇਤ ਪੁਲਿਸ ਵੱਲੋਂ ਮੌਕੇ ਦੀ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਜਿਹੜਾ ਕਿ ਹੁਣ ਜਾਂਚ ਸ਼ੁਰੂ ਕੀ